ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕੀਤੀ ਗਈ ਪੱਤਰਕਾਰ ਵਾਰਤਾ। ਪੰਜਾਬ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਵਿਭਾਗ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਪਟਿਆਲਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕਾਫੀ ਚਿੰਤਤ ਹਨ, ਜਿਸ ਕਰਕੇ ਸੂਬਾ ਸਰਕਾਰ ਨਵੇਂ ਟਿਊਬਵੈੱਲ ਕਨੈਕਸ਼ਨ ਜਾਰੀ ਕਰਨ ਤੋਂ ਪਹਿਲਾਂ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਸਮੀਖਿਆ ਕਰੇਗੀ। ਵੇਖੋ, ਮੀਂਹ ਪੈਣਾ ਤਾਂ ਪਰਮਾਤਮਾ ਦੇ ਹੱਥ ਹੈ, ਸਾਡੀ ਜ਼ਿੰਮੇਵਾਰੀ ਹੈ ਵੀ ਅਸੀਂ ਪ੍ਰਬੰਧ ਪੂਰੇ ਕੀਤੇ ਹੋਏ ਨੇ। ਬਿਲਕੁਲ, ਅਸੀਂ ਜਿੰਨਾ ਚੱਕਰ ਸਾਡਾ ਸੀਜ਼ਨ ਆ ਪੈੜੀ ਦਾ, ਅਸੀਂ ਨਿਰਵਿਘਨ ਬਿਜਲੀ ਦੇਵਾਂਗੇ। ਇਸ ਬਿਲਕੁਲ ਸਾਡੇ ਉੱਤੇ ਦੇਖੋ, ਗੱਲ ਇਹ ਹੈ ਵੀ ਜਿਹੜਾ ਕੁਛ ਉਹ ਦੇ ਕੇ ਗਏ ਨੇ, ਮੈਂ ਮਹਿਕਮੇ ਰਾਹੀਂ ਵੇਖ ਰਿਹਾ, ਇੱਕ ਤਾਸ਼ ਦੇ ਪੱਤਿਆਂ ਨੂੰ ਸੁੱਟ ਕੇ ਗਏ ਨੇ। ਮੈਂ ਤਾਂ ਇੱਥੋਂ ਤੱਕ ਵੀ ਕਹੂੰਗਾ, ਠੀਕ ਹੈ, ਅੱਜ 2.5 ਏਕੜ ਵਾਲਾ ਬੰਦਾ ਜਦੋਂ ਬੋਰ ਕਰਦਾ, ਬਿਜਲੀ ਬੋਰਡ ਦਾ ਜੋ ਉਹਨਾਂ ਦਾ ਸਿਸਟਮ ਮੁਤਾਬਕ ਪੈਸੇ ਭਰਨੇ ਆ, ਇੱਕ ਟਿਊਬਵੈੱਲ ਜਿਹੜਾ 4 ਲੱਖ ਰੁਪਏ ਦੇ ਆਸੇ ਪਾਸੇ ਖਰਚ ਆਉਂਦਾ, ਅਤੇ 2-2.5 ਲੱਖ ਵਾਲੇ ਦੀ ਆਮਦਨ ਕਿੰਨੀ ਹੈ? 1.5 ਲੱਖ ਰੁਪਈਆ ਸਾਲ ਦੀ। ਅੱਜ ਸੁਸਾਈਡ ਕੇਸ ਕਿਉਂ ਵਾਲੇ ਵਧੇ ਆ? 4 ਲੱਖ ਰੁਪਈਆ ਜਦੋਂ ਕੋਈ ਉਹ ਛੋਟਾ ਕਿਸਾਨ ਕਿਸੇ ਕਰਜ਼ੇ ਹਟਾ ਕੇ ਚੱਕ ਕੇ ਟਿਊਬਵੈੱਲ ਲਾ ਲੈਂਦਾ, ਉਹਦਾ 1 ਮਹੀਨੇ ਦਾ 5,000-1.25 ਹਜ਼ਾਰ ਤੋਂ ਘੱਟ ਕੋਈ ਵੀ ਨਹੀਂ ਮਿਲਦਾ ਉਹਨੂੰ, ਜੋ ਆਪਦੀ ਆੜ੍ਹਤੀ ਤੋਂ ਲੈ ਕੇ ਆਉਂਦਾ ਖੱਬੇ ਸੱਜੋਂ। 50-55 ਹਜ਼ਾਰ ਰੁਪਈਆ ਉਹਨੂੰ ਸਾਲ ਦਾ ਵਿਆਜ ਪੈ ਜਾਂਦਾ, 1.25 ਲੱਖ ਤੋਂ 1.5 ਲੱਖ ਰੁਪਈਆ ਉਹ ਕਮਾਈ ਕਰਦਾ। ਉਹਨੇ ਬੱਚਿਆਂ ਦੀ ਪੜ੍ਹਾਈ ਵੀ ਹੈ, ਬਿਮਾਰੀ ਠਮਾਰੀ ਵੀ ਹੈ, ਆਪਣੇ ਸਰੀਰ ਦੇ ਤਨ 'ਤੇ ਕੱਪੜੇ ਵੀ ਪਾਉਣੇ ਆ। ਦੱਸੋ, 1.5 ਲੱਖ 1.5 ਦੇ ਲੱਖ 'ਚ ਇੱਕ 2.5 ਕਿੱਲੇ ਵਾਲਾ ਮਾਲਕ 4 ਲੱਖ ਦੇ ਕਰਜ਼ੇ ਥੱਲੇ ਆ ਕੇ ਟਿਊਬਵੈੱਲ ਲਾਉਂਦਾ, ਉਹਦਾ 5-7 ਸਾਲਾਂ ਤੱਕ ਪੰਡ ਵੱਡੀ ਹੋ ਜਾਂਦੀ ਹੈ। ਬਹੁਤ ਵੱਡਾ ਕਾਰਨ ਹੈ ਜਿਹੜਾ ਇਹਨਾਂ ਨੇ ਵੋਟਰਾਂ ਨੂੰ ਖਿੱਚਣ ਦੀ ਖਾਤਰ ਪਤਾਸ਼ ਦੇ ਪੱਤਿਆਂ ਨੂੰ ਵੰਡੇ ਨੇ। ਇਹੀ ਕਿਤੇ ਪੋਲਿਸੀ ਬਣ ਜਾਂਦੀ, ਉਹਨਾਂ ਨੂੰ ਜੁਆਇੰਟ ਕਿਤੇ ਕਨੈਕਸ਼ਨ ਦਿੱਤੇ ਜਾਂਦੇ, ਦੋਵਾਂ ਤਿੰਨਾਂ ਨੂੰ ਉਹਨਾਂ ਦਾ ਟਾਈਮ ਫਿਕਸ ਕੀਤਾ ਜਾਂਦਾ, ਕੋਈ ਪੋਲਿਸੀ ਇਹਨਾਂ ਨੇ ਸਿਰਫ ਆਪਦੀ ਵੋਟਾਂ ਤੱਕ ਇਸ ਕੁਰਸੀ ਤੱਕ ਸੀਮਤ ਰਹੇ ਆ, ਪੰਜਾਬ ਵੱਲ ਜਾਂ ਪੰਜਾਬ ਦੀ ਜਨਤਾ ਵੱਲ ਭੋਰਾ ਸਾਰੇ। ਅੱਜ ਸਾਨੂੰ 1.5 ਸਾਲ ਹੋ ਗਿਆ ਆਇਆਂ ਨੂੰ, ਜਿਹੜੇ ਉਹਨਾਂ ਦੇ ਬਕਾਏ ਜਿਹੜੇ ਉਹਨਾਂ ਨੇ ਦਿੱਤੇ ਹੋਏ ਕਨੈਕਸ਼ਨ, ਉਹੀ ਡਿਮਾਂਡ ਨੋਟਿਸ ਅਸੀਂ ਹੌਲੀ ਹੌਲੀ ਕੱਢ ਕੇ ਪੋਲਿਸੀ ਮੁਤਾਬਕ ਦੇ ਰਹੇ ਹਾਂ। ਮੇਰੇ ਖਿਆਲ ਸਾਡੀ ਸਰਕਾਰ ਆਉਂਦੇ ਨੇ, ਅਸੀਂ ਇੱਕ ਵੀ ਹਾਲ ਤੱਕ ਕਨੈਕਸ਼ਨ ਨਹੀਂ ਜਾਰੀ ਕੀਤਾ। ਹਾਲ ਵੇਖਦੇ ਹਾਂ ਵੀ ਜੇ ਵੇਖੋ, ਜੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਇਹ ਗੱਲ ਬੜੀ ਵੱਡੀ ਸੋਚ ਹੈ, ਉਹ ਇਹ ਨਹੀਂ ਸੋਚਦੇ ਵੀ ਅੱਜ ਮੈਂ ਇੱਥੇ ਹੈਗਾ ਅਤੇ ਕੱਲ੍ਹ ਨੂੰ ਨਹੀਂ ਆਉਣਾ, ਉਹ ਕਹਿੰਦੇ ਫਿਊਚਰ ਲਈ ਬੱਚਿਆਂ ਲਈ ਕੀ ਛੱਡ ਕੇ ਜਾਵਾਂਗੇ। ਉਹਨਾਂ ਦਾ ਸਟੈਂਡ ਬੜਾ ਵੱਖਰਾ ਹੁੰਦਾ। ਆਮ ਤੌਰ 'ਤੇ ਸਾਡੇ MLA ਵਜ਼ੀਰ ਵੀ ਆ ਕੇ ਕਹਿੰਦੇ ਨੇ ਵੀ ਸਾਨੂੰ ਸਾਡੇ ਹਲਕੇ ਵਾਲਿਆਂ ਨੂੰ ਆਪਣੇ ਚੇਅਰਮੈਨ ਕੋਟੇ ਦਾ ਕਨੈਕਸ਼ਨ ਦਿੱਤੇ ਜਾਣ, ਪਰ ਹਾਲ ਉਸ 'ਤੇ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ।